रहीम आज मैं अपनी जो वीडियो अपलोड कर रहा हूँ एक तो ये पंजाबी में होगी तो मैं माज़र चाहता हूँ जिन लोगों को पंजाबी ना समझ आती हो मुझे जो मौजू जो मुझे ज़ुबान इसमें समझ आई वो यही थी कि मैं इसको पंजाबी में इसका इजहार कर सकता हूँ तो जिन लोगों को ना समझ आए जो लोग मेरे मुझे फॉलो करते हैं मैं माज़ू खाऊँ और वो वैसे कोशिश करें मेरी जो पंजाबी हमारी है वो उर्दू के बड़ी करीब है ਤੋ ਹਮਾਰੀ ਪੰਜਾਬੀ ਲੋਕੋ ਨੂੰ ਸਮਝ ਆ ਜਾਂਦੀ ਹੈ ਤੇ ਗੱਲ ਮੈਂ ਇਹ ਕਰਨੀ ਚਾਹਨਾ ਵਾਂ ਕਿ ਤੁਸੀਂ ਇਹ ਸੁਣ ਰਹੇ ਹੋ ਕੁਝ ਦਿਨਾਂ ਦੇ ਉੱਤੋਂ ਫੌਜ ਦੇ ਉੱਤੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇੱਥੇ ਬੈ ਕੇ ਦਬਾਰ ਬੈ ਕੇ ਮੇਰਾ ਕਿਸੇ ਪਾਰਟੀ ਨਾਲ ਕੋ ਤਲਕ ਨਹੀਂ ਹੈਗਾ ਮੈਂ ਹੋ ਸਕਦਾ ਮੈਂ ਕਿਸੇ ਨੂੰ ਪਸੰਦ ਕਰਦਾ ਹਾਂ ਲੇਕਿਨ ਮੈਂ ਬਿਜ਼ਨਸਮੈਨ ਹਾਂ ਮੈਂ ਇਹ ਗੱਲਾਂ ਚ ਪੈਂਦਾ ਨਹੀਂ ਦੂਜਾ ਅਮਰੀਕਾ ਰਹਿਣਾ ਵਾਂ ਮੈਨੂੰ 37-38 ਸਾਲ ਹੋ ਗਏ ਅਮਰੀਕਾ ਰਹਿਣ ਦੇ ਮੇਰੇ ਬੱਚੇ ਜਮਾਨ ਹੋ ਗਏ ਨੇ ਉੱਥੇ ਤੇ ਲੇਕਿਨ ਮੇਰੇ ਵਾਲਿਦਾਨ ਸਾਡਾ ਪਿੰਡ ਮੇਰੇ ਭੈਣ ਭਰਾ ਮੇਰੇ ਦੋਸਤ ਯਾਰ ਸਾਰੇ ਪਾਕਿਸਤਾਨ ਚ ਇੱਥੇ ਹੀ ਮਾਰਾਂ ਖਾਦੀਆਂ ਇੱਥੇ ਧੱਕੇ ਖਾਦੇ ਇੱਥੇ ਰੋਲ ਲਾ ਕੇ ਅਸੀਂ ਜਵਾਨੋ ਅਮਰੀਕਾ ਗਏ ਇਸ ਮੁਲਕ ਦਾ ਮਕਾਮ ਸਾਡੇ ਵਾਸਤੇ ਖਾਸ ਕਰ ਮੇਰੇ ਵਾਸਤੇ ਜਾਂ ਮੇਰੇ ਵਾਲਦਿਆਂ ਵਾਸਤੇ ਮੇਰੇ ਦੋਸਤਾਂ ਵਾਸਤੇ ਮੇਰੇ ਸ਼ਹਿਰ ਵਾਲਿਆਂ ਵਾਸਤੇ ਮੇਰੇ 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 ਪਿੰਡ ਵਾਲਿਆਂ ਵਾਸਤੇ ਅੱਲਾਹ ਤੋਂ ਬਾਅਦ ਵਾਲਦਿਆਂ ਤੇ ਵਾਲਦਿਆਂ ਤੋਂ ਬਾਅਦ ਇਹ ਮੁਲਕ ਆ ਮੈਂ ਬੜੀ ਮੈਨੂੰ 2 ਚੰਦਨ ਤੱਕ ਯਕੀਨ ਨਹੀਂ ਆ ਕਿ ਵਾਕਈ ਪਾਕਿਸਤਾਨ ਕੀ ਹੋ ਰਿਹਾ ਵੀ ਲੇਕਿਨ ਹੁਣ ਤੇ ਖਰ ਯਕੀਨ ਨਹੀਂ ਹੁ ਤਰ ਰੋਜ਼ਾਨਾ ਹੈਰਾਨ ਕੁਰ ਕਿਸਮ ਦੀਆਂ ਗੱਲਾਂ ਇਹ ਲੋਕ ਕਰ ਰਹੇ ਨੇ ਚੰਦ ਇੱਕ ਔਰ ਮੈਂ ਬੜੀ ਤਕਲੀਫ ਚ ਚੀਜ਼ ਅੱਜ ਤੁਹਾਨੂੰ ਦੱਸਣੀ ਚਾਹਨਾ ਵਾ ਕਿ ਇੰਡੀਆ ਦੇ ਵਿੱਚ ਜਿਹੜੇ ਮੁਸਲਮਾਨ ਪਿੱਛੇ ਰਹਿ ਗਏ ਸੀ 55 ਕਰੋੜ ਦੇ ਲਗਭਗ ਉਹ ਹਿੰਦੂਨ ਨੂੰ ਖੁਸ਼ ਕਰਨ ਦੀ ਖਾਤਰ ਪਿਛਲੇ 70 ਸਾਲ ਤੋਂ ਸਾਨੂੰ ਗਾਲਾਂ ਕੱਢਦੇ ਸੀ ਹੁਣ ਵੇਖੋ ਜਦੋਂ ਮੋਦੀ ਆਏ ਉਹਨੇ ਫੜ ਕੇ ਉਹਨਾਂ ਦੀ ਇਹਦੀ ਟੇਪ ਹੀ ਦੇ ਦਿੱਤੀ ਔਰ ਜਿਹੜੇ ਮੌਲਵੀ ਕੁਛ ਜੇਕਰ ਤੁਹਾਨੂੰ ਯਾਦ ਹੋਵੇ ਤੇ ਮੁਸ਼ਰਫ ਨੂੰ ਉੱਥੇ ਗਿਆ ਉਹਨੂੰ ਇਬਰਾ ਪਲਾ ਪਕਸਾ ਮੁਸਲਮਾਨ ਆ ਵੈਸੀ ਬਰਾਦਰਾਂ ਇੱਥੇ ਆਇਸੀ ਪਾਕਿਸਤਾਨ ਦੇ ਚ ਪਾਕਿਸਤਾਨ ਨੂੰ ਬੁਰਾ ਭਲਾ ਸਿਰਫ ਸਿਰਫ ਹਿੰਦੂਨ ਖੁਸ਼ ਕਰਨ ਵਾਸਤੇ ਫੇਰ ਕਦੀ ਕਸ਼ਮੀਰ ਵਾਲੇ ਮੁਸਲਮਾਨ ਦੇ ਹੱਕ ਚ ਨਹੀਂ ਸੀ ਬੋਲੇ ਬਲਕਿ ਉਹਨਾਂ ਵਿਚਾਰਿਆਂ ਨੂੰ ਕਸ਼ਮੀਰੀਆਂ ਦੇ ਉੱਤੇ ਜੋ ਜ਼ੁਲਮ ਹੁੰਦੇ ਸੀ ਇਹ ਮੁਸਲਮਾਨ ਜਿਹੜੇ ਸੀ ਨਾ ਕੋਈ 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 5 ਕਰੋੜ ਇਹਨਾਂ ਨੇ ਕਦੀ ਇਹਨਾਂ ਦੇ ਵਿੱਚ ਹਵਾ ਜਿਹੜੀ ਸੀ ਨਾ ਦੁੱਖ ਵਾਲੀ ਨਹੀਂ ਸੀ ਲੰਗੀ ਹੁਣ ਵੇਖ ਲਓ ਕੈਸਾ ਫਿਰ ਹੈ ਰੱਬ ਦੀ ਲਾਠੀ ਬੇਆਵਾਜ਼ ਹੈ ਇਹਨਾਂ ਜ਼ਾਲਮਾਂ ਨੇ ਉਹਨਾਂ ਕਸ਼ਮੀਰੀਆਂ ਦੇ ਉੱਤੇ ਜਿਹੜੇ ਜ਼ੁਲਮ ਹੋਏ ਉਹਨਾਂ ਦੀ ਖਵਾਤੀਨ ਤੇ ਬੱਚਿਆਂ ਤੇ ਉਹਨਾਂ ਦੇ ਘਰ ਬਰਾਂ ਨੂੰ ਅੱਗ ਲਾਈ ਗਈ ਇਹਨਾਂ ਨੇ ਕਦੀ ਨਹੀਂ ਬੋਲਿਆ ਕੋਈ ਮਜ਼ਬੀ ਨਹੀਂ ਮੌਲਵੀ ਨਹੀਂ ਬੋਲਿਆ ਹੁਣ ਮੋਦੀ ਨੇ ਕੁੱਤਿਆਂ ਨੂੰ ਰੋਲਣਾ ਸ਼ੁਰੂ ਕੀਤਾ ਤੇ ਹੁਣ ਆ ਕੇ ਆਪਣਾ ਦੁੱਖ ਤੇ ਬੜਾ ਇਹਨਾਂ ਦਾ ਰੋਣਾ ਤੋਣਾ ਅੱਲਾਹ ਪਾਕ ਕਹਿੰਦਾ ਹੈ ਤੁਸੀਂ ਮੇਰੇ ਤੇ ਨਾ ਯਕੀਨ ਕਰਦੇ ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਤਾਕਤ ਨਹੀਂ ਦੇ ਸਕਦੀ ਕੁਰਾਨ ਪੜ੍ਹ ਕੇ ਵੇਖੋ ਬਾਰ-ਬਾਰ ਅੱਲਾਹ ਪਾਕ ਕਹਿੰਦਾ ਹੈ ਕਿ ਮੇ ਨਾਲ ਸ਼ਿਰਕ ਨਾ ਕਰਿਓ ਮੇਰੇ ਬਰਾਬਰ ਜੋ ਚੀਜ਼ ਮੰਗਣੀ ਮੇਰੇ ਕੋਲ ਮੰਗਣੀ ਹੈ ਦੁਨੀਆ ਦੀ ਕੋਈ ਤਾਕਤ ਨਹੀਂ ਦੇ ਸਕਦੀ ਕੋਈ ਪੀਰ ਪਖੰਬਰ ਨਹੀਂ ਦੇ ਸਕਦਾ ਅੱਲਾਹ ਪਾਕ ਨੇ ਕਿਹਾ ਜਿਨ੍ਹਾਂ ਨੂੰ ਦਿੱਤਾ ਮੈਂ ਦਿੱਤਾ ਮੇਰੀ ਵਜ੍ਹਾ ਨਾਲ ਅੱਗੇ ਤੁਸੀਂ ਮੁਸਲਮਾਨਾਂ ਚ ਉਹ ਕਿਤਾਬਾਂ ਤੇ ਰਸੂਲ ਤੇ ਪੈਗੰਬਰ ਤੇ ਸਾਡੇ ਹਾਦੀ ਬਰハਕ ਹਜ਼ੂਰ ਅਕ੍ਰਮ ਸਲ ਸਲਮ ਪਹੁੰਚੇ ਕੀ ਉਹਨਾਂ ਨੇ ਕੀਤਾ ਉਹਨੇ ਅੱਲਾਹ ਪਾਕ ਦਾ ਸਾਨੂੰ ਮੈਸੇਜ ਦਿੱਤਾ ਬਾਰਾਂ ਗੱਲ ਮੇ ਕਰ ਰਿਆ ਸੀ ਕਿ ਇਹ 50 ਕਰੋੜ ਮੁਸਲਮਾਨ ਬੇ ਲੋ ਕਿਸ ਤਕਲੀਫ ਚ ਨੇ ਅੱਲਾਹ ਪਾਕ ਨੇ ਸਾਨੂੰ ਇਨਾ ਸੋਹਣਾ ਮੁਲਕ ਦਿੱਤਾ ਦੇਖੋ ਕੀ ਬਦਨਸੀਬੀ ਹੈ ਹਾਨਸਨ ਜੀ ਵੀ ਕੋ ਮਰ ਟੂ ਡੀ ਆ ਮਾ ਹਾਲ ਵੀ ਕੋਤੇ ਕੀ ਈਰਾਨ ਜੀ ਜਾ ਕੇ ਵੇਖੋ ਲੇਕਿਨ ਈਰਾਨ ਇੱਕ ਤਗੜੀ ਕੌਮ ਹੈਗੀ ਇਹ ਤੇ ਮੈਨੂੰ ਮੰਨਣਾ ਪੈਗਾ ਤੁਹਾਨੂੰ ਵੀ ਮੰਨਣਾ ਪੈਗਾ ਉਹਨਾਂ ਨੇ ਸਾਰਾ ਕੁਝ ਉਹਨਾਂ ਤੋਂ ਛੁੱਟਿਆ ਗਿਆ ਉਹਨਾਂ ਨੇ ਫੇਰ ਵੀ ਰੱਬ ਦੇ ਸਾਰੇ ਕਬੂਲ ਕਰ ਲਿਆ ਹਰ ਚੀਜ਼ ਮੁਕਾਬਲਾ ਕੀਤਾ ਇੰਡੀਆ ਚ ਵੀ ਵੇ ਲੋ ਉਹ ਵੇ ਲੋ ਇੱਕ ਕਸ਼ਮੀਰੀ ਸੀ ਲੀਡਰ ਮਹਿਬੂਬਾ ਮੁਫਤੀ ਫਾਰੂਕ ਅਬਦੁੱਲਾ ਉਮਰ ਅਬਦੁੱਲਾ ਹੈ ਹੁਣ ਕੁੱਤਿਆਂ ਵਾਂਗੂ ਜਦੋਂ ਉਹਨਾਂ ਨੂੰ ਰੋਲਿਆ ਗਿਆ ਨਾ ਓਹੋ ਕਾਜਮਦ ਸਾਹਿਬ ਸਹੀ ਕਹਿੰਦੇ ਸੀ ਹੁਣ ਸਿੱਖ ਸੀ ਜਿਨ੍ਹਾਂ ਨੂੰ ਸਾਡੇ ਨਾਲ ਹਿੰਦੂਆਂ ਨੇ ਸੰਤਾਲੀ ਦੀ ਜੰਗ ਚ ਲੜਾਇਆ ਔਰ ਉਹਨਾਂ ਨੇ ਸਾਡੇ ਤੇ ਜੋ ਕੀਤਾ ਸਾਡੇ ਜੋ ਲੋਕਾਂ ਨੂੰ ਮਾਰਿਆ ਵਢਿਆ ਉਹ ਤੇ ਮੇਰੇ ਮੇਰੀ والدہ ਦੀ ਖਾਨਦਾਨ ਵੀ ਵਢਿਆ ਗਿਆ ਅੱਜ ਉਹੀ ਖਾਲਸਾ ਦਾ ਨਾਰਾ ਮਾਰਦੇ ਨੇ ਨਾਲ ਪਾਕਿਸਤਾਨ ਨਾਲ ਨਾ ਮਾਰਦੇ ਨੇ ਰੱਬ ਦੀ लाਠੀ ਬੇਆਵਾਜ਼ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ ਵਾਂ ਥੋੜੀ ਜੀ ਚੰਦ ਲਫ਼ਜ਼ਾਂ ਚ ਕਰਕੇ ਤੇ ਮੈਂ ਖਤਮ ਕਰਨ ਲੱਗਾ ਜਿਹੜੇ ਲੋਕ ਅੱਜ ਫੌਜ ਦੇ ਬਾਰੇ ਚ ਲੋਕਾਂ ਨੂੰ ਨੁਕਸਾਨ ਦੇ ਪਏ ਨੇ ਤੁਹਾਨੂੰ ਰੱਬ ਦਾ ਵਾਸਤਾ ਜੀ ਇਹਨਾਂ ਤੋਂ ਬਚ ਜਾਓ ਇਹਨਾਂ ਦਾ ਕੋਈ ਮੂਲਕੀ ਨਹੀਂ ਜੀ ਇਹਨਾਂ ਦਾ ਕੋਈ ਮਜ਼ਬ ਨਹੀਂ ਜੀ ਇਹਨਾਂ ਦਾ ਕੋਈ دین ਨਹੀਂ ਜੀ ਇਹਨਾਂ ਦੀ ਕੋਈ ਜਾਤ ਨਹੀਂ ਜੀ ਇਹਨਾਂ ਨੂੰ ਸਿਰਫ ਸਿਰਫ ਵਾਸਤਾ ਜੀ ਕਿ ਇਹਨਾਂ ਦੇ ਪੁੱਛੇ ਆਪਣੇ ਪਲ ਜਾਣ ਕੁਛ ਬਾਰ ਬੈਠੇ ਨੇ ਕੁਛ ਇੱਥੇ ਬੈਠੇ ਨੇ ਇਹਨਾਂ ਦਾ ਕੋਈ ਬੱਚਾ ਜੰਗ ਚ ਜੀ ਮਰਦਾ ਇਹਨਾਂ ਦਾ ਕੋਈ ਬੱਚਾ ਇਸ ਮੁਲਕ واسੇ ਜਾਨ ਨਿਜੇ ਦਿੰਦਾ ਇਹਨਾਂ ਦਾ ਕੋਈ ਬੱਚਾ ਫੌਜ ਨੇ ਚ ਜਾਂਦਾ ਇੱਥੇ ਗਰੀਬ ਮਰਦਾ ਵੇ ਇੱਥੇ ਗਰੀਬ ਰੋਲਦਾ ਵੇ ਫੌਜ ਤੇ ਤੁਹਾਡੇ ਸੋਹਣੇ ਬੱਚੇ ਜਿਹੜੇ 23 24 24 ਸਾਲ ਦੇ ਵਿੱਚ ਆਪਣੀ ਜਾਨ ਇਸ ਮੁਲਕ ਦੀ ਖਾਤਰ ਆਪਣੀ ਸ਼ਹਾਦਤ ਪੇਸ਼ ਕਰਦੇ ਪੈਨੇ ਖੁਦਾ ਦਾ ਖਾਫ ਕਰਾਇ ਜਿਹੜੇ ਪਾਕਿਸਤਾਨ ਨੂੰ ਤੁਸੀਂ ਬੁਰਾ ਕਹਿੰਦੇ ਪਏ ਹੋ ਔਰ ਜਿਹੜੇ ਉਹਨਾਂ ਦੇ ਪਿੱਛੇ ਲੱਗ ਕੇ ਤੁਹਾਨੂੰ ਔਰ ਰੱਬ ਦੇ ਕੈਰ ਤੋਂ ਬਚ ਜਾਓ ਅੱਲਾਹ ਪਾਕ ਦਾ ਕੈਰ ਗਿਰ ਜਾਗਾ ਤੁਹਾਡੇ ਉੱਤੇ ਅਗਰ ਤੁਸੀਂ ਇਸ ਨੇਮਤ ਨੂੰ ਅੱਲਾਹ ਪਾਕ ਨੇ ਜਿਹੜੀ ਤੁਹਾਨੂੰ ਦਿੱਤੀ ਸੀ 47 ਦੇ ਵਿੱਚ ਅਗਰ ਤੁਸੀਂ ਇਸ ਨੇਮ ਨੂੰ ਛੁਟਲਾਇਆ ਤੁਹਾਡੇ ਬਹੁਤ ਥੋੜੇ ਦਿਨ ਨੇ ਇਹ ਮੇਰੀ ਗੱਲ ਯਾਦ ਰੱਖਿਓ ਤੁਸੀਂ ਜੋ ਕਰਦੇ ਪਏ ਹੋ ਜੋ ਫੌਜ ਦੇ ਖਿਲਾਫ ਜੰਦ ਟੱਕਿਆਂ ਦੀ ਖਾਤਰ ਹਰ ਬੰਦੇ ਨੂੰ ਪਤਾ ਹੈ ਇਹ ਪੈਸਾ ਇੰਡੀਆ ਨੇ ਜਿਹੜਾ ਬੰਦਾ ਇਹਦੇ ਤੇ ਸ਼ੱਕ ਕਰਦਾ ਵੇ ਉਹਨੂੰ ਡੁੱਬ ਕੇ ਮਰਨਾ ਚਾਹੀਦਾ ਬਗੈਰ ਤੋਂ ਇਹ ਮੁਲਕ ਅੱਲਾਹ ਪਾਕ ਨੇ ਤੁਹਾਨੂੰ ਨਿਮਤ ਦਿੱਤੀ ਏ ਹਰਾਮੀਆਂ ਬਿਸ਼ਰਮਾਂ ਖੁਦਾ ਦਾ ਖੌਫ ਕਰੋ ਇਸ ਮੁਲਕ ਨੂੰ ਬਖਸ਼ ਦਿਓ ਇੱਥੇ ਸਾਰੇ ਮਾਂ ਪਿਓ ਭੈਣ ਭਰਾ ਬੱਚੇ ਮੇਰੇ ਯਕੀਨ ਕਰੋ ਮੈਂ ਪਤਾ ਨਹੀਂ ਕਿਸ ਤਰ੍ਹਾਂ ਆਪਣੀ ਪੰਜਾਬੀ ਦੇ ਲਫ਼ਜ਼ਾਂ ਨੂੰ ਸਾਫ਼ ਸੁਥਰਾ ਰੱਖਣਾ ਪਿਆ ਯਕੀਨ ਕਰੋ ਮੇਰੇ ਵਰਗੇ ਪਤਰੀ ਕਿੰਨਾ ਦਾ ਕਲੇਜਾ ਫਟ ਜਾਏਗਾ ਅਗਰ ਇਹ ਜੀ ਗੱਲ ਹੋਈ ਇੱਥੇ ਤੁਸੀਂ ਆਪਣਾ ਚੰਦ ਰੁਪਈਆ ਦੀ ਖਾਤਰ ਚੰਦ ਡਾਲਰਾਂ ਤੇ ਪਾਉਂਡਾਂ ਦੀ ਖਾਤਰ ਕਿਸੇ ਮੁਲਕ ਦੇ ਉਤੇ ਆ ਵੀਰ ਲੋ ਹੁਣ ਸਿੱਖ ਤੁਹਾਡਾ ਖੜਾ ਹੋ ਗਿਆ ਹੁਣ ਤੁਹਾਡਾ ਫਾਨੀ ਖੜੇ ਹੋ ਗਏ ਨੇ ਤੁਹਾਡਾ ইরਾਨੀ ਖੜੇ ਹੋ ਗਏ ਨੇ ਤੁਹਾਡਾ ਚੀਨੀ ਖੜੇ ਹੋ ਗਏ ਨੇ ਮੇਰਾ ਹੁਕਮ ਨਾਲ ਦਾ ਮਤਲਬ ਕੋਈ ਨਹੀਂ ਮੈਂ ਗੱਲ ਕਰਦਾ ਪਿਆ ਮੈਂ ਸਿਰਫ ਉਹ ਜਿਹੜੇ ਫੌਜ ਦੇ ਬਾਰੇ ਗਲਤ ਗੱਲਾਂ ਕਰਦੇ ਪਏ ਨੇ ਜਰਨਲਾਂ ਦੇ ਬਾਰੇ ਚਲੋ ਅਗਰ ਇੱਕ ਦੋ ਖਰਾਬ ਹੀ ਹੋਣਗੇ ਤੇ ਅਸੀਂ ਜਿਹੜੇ ਇੱਥੇ ਕਰੋੜਾਂ ਖਰਾਬ ਆ ਅਸੀਂ ਇੱਥੇ ਅੰਬ ਵੇਚਨੇ ਆ ਅਸੀਂ ਇਸ ਸਮੁਲਕ ਨੂੰ ਲੁੱਟ ਕੇ ਖਾ ਗਏ ਕਿਤਰਾ ਸਾਲਾਂ ਦੇ ਵਿੱਚ ਮੈਂ ਸਾਰੀ ਉਮਰ ਬਾਹਰੋਂ ਕਮਾ ਕੇ ਇਸ ਸਮੁਲਕੇ ਲੈ ਕੇ ਆਇਆ ਮੈਂ ਤੇ ਕਹਿੰਦੇ ਕਿਸੇ ਜਾ ਕੇ ਦਫ਼ਤਰ ਚ ਅਸੀਂ ਆਖਿਆ ਕਿ ਅਸੀਂ ਬਾਹਰੋਂ ਆਏ ਆ ਤੇ ਕੋ ਖੁਦਾ ਦਾ ਖੌਫ ਕਰੋ ਅਗਰ ਕਿਸੇ ਨੇ ਤੰਗ ਕੀਤਾ ਮੈਨੂੰ ਤਾਂ ਗੋਮ ਨੂੰ ਕਹਿੰਦੇ ਨੇ ਤੂੰ ਸੀ ਇੱਥੇ ਅੰਬ ਲੈਣ ਨਹੀਂ ਆਇਓ ਨਾ ਸਾਡੇ ਤੇ ਕਿਹੜਾ ਆਸਾਨ ਕਰਦੇ ਹੋ ਤੇ ਵੇਖ ਲਓ 22 24 ਅਰਬ ਡਾਲਰ ਅਸੀਂ ਆਪਣੇ ਖੂਨ ਪਸੀਨੇ ਦੀ ਕਮਾਈ ਲੈ ਕੇ ਇਸ ਮੁਲਕ ਸੁਟ ਰਹੇ ਆ ਮੇਰੇ ਬਾਪ ਦੀ ਕਬਰ ਇਸ ਮੁਲਕ ਦੇ ਵਿੱਚ ਮੇਰੇ ਵਰਗੇ ਲੱਖਾਂ ਕਰੋੜਾਂ ਪੈਣਾ ਪਰਾਵਾਂ ਦੇ ਮਾਂ ਪਿਓ ਦੀਆਂ ਬੱਚਿਆਂ ਦੀਆਂ ਕਬਰਾਂ ਨੇ ਇਸ ਮੁਲਕ ਦੇ ਵਿੱਚ ਅੱਲਾ ਨੇ ਜਿਹੜਾ ਨਿਮਤ ਦਿੱਤੀ ਜੇ ਬਾਜ ਜਾਓ ਜਿਹੜੇ ਤੁਹਾਨੂੰ ਫੌਜ ਦੇ ਖਿਲਾਫ ਖੜਾ ਕਰਦੇ ਪਏ ਜੇ ਹੋ ਸਕਦਾ ਮੈਂ ਮੈਸੇਜ ਦਵਾਂ ਇਸ ਤੋਂ ਬਾਅਦ ਮੈਨੂੰ ਵੀ ਇਹਦਾ ਕੋਈ ਕੀਮਤ ਦੇਣੀ ਪਏ ਪਰ ਮੈਂ ਤੁਹਾਨੂੰ ਅੱਜ ਕਹਿਣਾ ਪਿਆ ਜੇ ਮੇਰਾ ਸ਼ਹਿਰ ਗੋਜਰਾ ਯਕੀਨ ਕਰੋ ਉੱਥੇ 10 ਬੰਦੇ ਐ ਨਾ ਬੰਦੂਖਾ ਚੁੱਕਿਆ ਜਾਣ ਨਾ ਤੇ ਪੂਰਾ ਸ਼ਹਿਰ ਜਾਂਦਾ ਉਹਦੇ ਪਿੱਛੇ ਲੱਗ ਜਾਂਦਾ ਐ ਏਡੇ ਕ ਅਸੀਂ ਬਹਾਦਰ ਆ ਲੇਕਿਨ ਜਿੱਥੇ ਹੁਣ ਪਾਕਿਸਤਾਨ ਦੀ ਇੱਜ਼ਤ ਦਾ ਮਾਮਲਾ ਆ ਗਿਆ ਐ ਤੇ ਤੁਹਾਨੂੰ ਤੁਹਾਡੇ ਵੱਡਿਆਂ ਦੀ ਸੌਂਜ ਐ ਤੁਹਾਨੂੰ ਤੁਹਾਡੇ ਬੱਚਿਆਂ ਦੇ ਪਿਆਰ ਦੀ ਸੌਂਜ ਐ ਤੁਹਾਨੂੰ ਤੁਹਾਡੇ ਵਾਲਦਿਆਂ ਦੀ ਸੌਂਜ ਐ ਇਹਨਾਂ ਕੋਲੋਂ ਬਚ ਜਾਓ ਇਸ ਮੁਲਕ ਨੂੰ ਬਚਾ ਲਓ ਆ ਜਿਹੜੇ ਲੋਗ ਨਾਰੇ ਮਾਰਦੇ ਪਏ ਜ ਇਹਨਾਂ ਨਾ ਪੈਸੇ ਲੈ ਕੇ ਤੇ ਨਾਲ ਦੇ afghanistan ਚੋਂ ਆ ਕੇ ਜੋ ਕੰਮ ਪਾੰਦੇ ਨੇ ਇਥੇ ਯਕੀਨ ਕਰੋ ਇੱਕ ਦਿਨ ਦੀ ਮਾਰ ਨਹੀਂ ਜੇ ਤੁਸੀਂ ਨਾ ਵਿਗੜੋ ਮਰਾਦ ਇਹ ਵੇ ਕਿ ਇਹਨਾਂ ਲੋਕਾਂ ਦੇ ਪਿੱਛੇ ਨਾ ਲੱਗੋ ਜਿਹੜੇ ਇਹਨਾਂ ਕੋਲ ਆਪਣੇ ਬੱਚੇ ਨਾ ਆ ਕੇ ਫੌਜ ਨੂੰ ਚਾ ਕੇ ਲੜ ਕੇ ਮਰ ਸ਼ਹਾਦਤ ਨਹੀਂ ਕਦੀ ਮੈਨੂੰ ਜਿੱਥੋਂ ਕਿ ਮੈਂ ਤਾਂ ਛਾਲ ਮਾਰ ਕੇ ਮਰ ਜਾੰਗਾ ਇਸ ਮੁਲਕ ਵਾਸਤੇ ਕੋਈ ਇਹਨਾਂ ਨੂੰ ਅਰੇ ਬਾੜਬਾਕ ਇਹਨਾਂ ਦੇ ਕੁਝ ਜਿਹੜੇ ਬਾਕੀ ਇੱਥੇ ਬੱਚੇ ਨੇ ਉਹਨਾਂ ਕੋ ਇੱਕ ਦਾ ਬੱਚਾ ਤਾਂ ਫੌਜ ਭੇਜਣ ਵਾ 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 ਹੈਂ ਆਪਣੀ ਨੂੰ ਤਕਲੀਫ ਹੁੰਦੀ ਹੈ ਉਹਨਾਂ ਦੇ ਇੱਕ ਬੱਚੇ ਨੂੰ ਇਹ ਕਹਿੰਦੀ ਅਸੀਂ ਇਹ ਮੁਲਕ ਰੋਲ ਦਾਂਗੇ ਇਹਨੂੰ ਅੱਗ ਲਾ ਦਾਂਗੇ ਲੇਕਿਨ ਸਾਡੇ ਬੱਚੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਤੇ ਸਾਡੇ ਕਰੋੜਾਂ ਲੋਕ ਉਹਨਾਂ ਦੇ ਪਿੱਛੇ ਲੱਗ ਕੇ ਖੁਦਾ ਦਾ ਖੌਫ ਕਰੋ ਯਾਰ ਤੁਹਾਨੂੰ ਰੱਬ ਦਾ ਵਾਸਤਾ ਜੀ ਇਸ ਮੁਲਕ ਦੇ ਨਾਲ ਜ਼ਿਆਤੀ ਨਾ ਕਰੋ ਜੋ ਲੁੱਟ ਲੁੱਟ ਕੇ ਖਾਦਾ ਇਹਨਾਂ ਲੋਕਾਂ ਨੇ 71 ਸਾਲ ਦੇ ਵਿੱਚ ਜੋ ਵੀ ਲੁੱਟਿਆ ਗਿਆ ਕੀ ਗਰੀਬਾਂ ਨੂੰ ਲੁੱਟਿਆ ਇਹਨਾਂ ਨੂੰ ਲੁੱਟਿਆ ਲੇਕਿਨ ਤਦ ਹੀ ਸੁਣਿਆ ਜੇ ਕਿ ਕਿਸੇ ਦੇ ਘਰ ਦੇ ਗੇਟ ਤੋਂ ਲਾ ਕੇ ਸਿਰਫ ਉਹਦੇ ਘਰ ਤੱਕ ਪਹੁੰਚਣ ਲੱਗਿਆ ਤੁਹਾਨੂੰ ਗੱਡੀ ਚਾਹੀਦੀ ਏ ਐਡੇ ਬਟਾ ਬਟੇ ਘਰ ਦੇ ਇਹਨਾਂ ਲੋਕਾਂ ਦੇ ਖੁਦਾ ਦਾ ਖੌਫ ਕਰੋ ਯਾਰ ਇਸ ਪਾਕਿਸਤਾਨ ਨੂੰ ਇਹ ਨਾ ਕਰੋ ਜਿਹੜਾ ਬੰਦਾ ਪਾਕਿਸਤਾਨ ਦੀ ਫੌਜ ਦੇ ਖਿਲਾਫ ਜੇ ਅਗਰ ਤੁਸੀਂ ਦੇ ਖਿਲਾਫ ਖੜੇ ਨਾ ਹੋਏ ਔਰ ਕੱਲ ਨੂੰ ਅੱਲਾ ਨਾ ਕਰੇ ਅੱਲਾ ਨਾ ਕਰੇ ਅੱਲਾ ਨਾ ਕਰੇ ਮੈਂ ਵੇਖ ਲਓ ਸ਼ਾਮ ਦਾ ਲਬਨਾਨ ਦਾ ਫਲਸਤੀਨ ਦਾ ਯਮਨ ਦਾ ਠੀਕ ਹੈ ਜੀ ਇਹਨਾਂ ਮੁਲਕਾਂ ਦਾ ਕੀ ਹਾਲ ਹੋਇਆ ਕਿਸ ਤਰ੍ਹਾਂ ਉਹਨਾਂ ਦੀ ਫੌਜਾਂ ਤਬਾਹ ਕਰਕੇ ਮਾਰਾ ਗਿਆ ਹੁਣ ਉਹੀ ਪੈਸਾ ਉਹੀ ਦਿਮਾਗ ਉਹੀ ਦੁਸ਼ਮਣ ਤੁਹਾਨੂੰ ਆਖਰੀ ਮੇਰਾ ਇਹ ਮੈਸੇਜ ਇਹ ਜਿਹੜੇ ਲੋਕ ਪਾਕਿਸਤਾਨ ਤੇ ਪਾਕਿਸਤਾਨ ਦੀ ਫੌਜ ਦੇ ਖਿਲਾਫ ਬੋਲਦੇ ਜੇ ਅਗਰ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਤੇ ਤੁਸੀਂ ਵੀ ਓਡੇ ਹੀ ਵੱਡੇ ਜ਼ਾਲਮ ਹੋ ਜਿਨ੍ਹਾਂ ਨੇ ਉਹ ਜ਼ਾਲਮ ਤਨ ਫਿਰ ਕਬਰਾਂ ਨਹੀਂ ਲੱਭਣੀਆਂ ਜਿਨ੍ਹਾਂ ਤੇ ਬਹਿ ਕੇ ਤੁਸੀਂ ਫਿਰ ਰੋਵੋ ਵੀ ਤੇ ਰੱਬ ਕੋਲ ਦਰਖਾਸਤਾਂ ਵੀ ਕਰੋ ਨਾ ਫਿਰ ਰੱਬ ਮਿਲਦਾ ਹੈ ਤੇ ਨਾ ਫਿਰ ਮੁਲਕ ਮਿਲਦਾ ਰੱਬ ਵੀ ਉਹਨਾਂ ਨੂੰ ਦਿੰਦਾ ਜਿਹੜੇ ਆਪਣੀ ਕੋਸ਼ਿਸ਼ਾਂ ਕਰਦੇ ਨੇ ਬਾਜ਼ ਆ ਜੋ ਹੱਲੀ ਵੀ ਮੌਕਾ ਜੇ ਇਸ ਫੌਜ ਦੀ ਕਦਰ ਕਰੋ ਨਾ ਕਰੋ ਨਾ ਕਰੋ ਇਹਨਾਂ ਲੋਕਾਂ ਦਾ ਸਾਥ ਨਾ ਦਓ ਜਿਹੜੇ ਪਾਕਿਸਤਾਨ ਦੀ ਫੌਜ ਦੇ ਖਿਲਾਫ ਨੇ ਇਹ ਭਾਵੇਂ ਔਰਤ ਹੋਵੇ ਤੇ ਭਾਵੇਂ ਬੁੱਢੀ ਹੋਵੇ ਤੇ ਭਾਵੇਂ ਮਰਦ ਹੋਵੇ ਮੈਂ ਗੱਲਾਂ ਤਾਂ ਬਹੁਤ ਸਾਰੀ ਦੱਸ ਸਕਦਾ ਮੈਂ اسلامਬਾਦ 'ਚ ਬੈਠਾ ਹਾਂ ਪਰ ਇਹ ਮੇਰੇ ਮੁਲਕ ਤੇ ਮੇਰੀ ਤਾਕਤਵਰ ਮੇਰੀ ਸੋਹਣੀ ਫੌਜ ਦਾ ਮਸਲਾ ਹੈ ਅੱਲਾ ਪਾਕ ਇਸ ਫੌਜ ਨੂੰ ਇਨ ਘਰਾਮੀਆਂ ਕੋਲੋਂ ਬਚਾ ਕੇ ਰੱਖੇ ਔਰ ਇਸ ਮੁਲਕ ਦੀ ਹਫਾਜ਼ਤ ਇਸ ਫੌਜ ਦੇ ਫੌਜ ਦੇ ਦਵੇ ਮੇਰੇ ਵਸੇ ਕੀ ਹੈ ਮੇਰੇ ਵਰਗੇ ਪਤਾ ਨਹੀਂ ਕਿੰਨੇ ਇੱਥੇ ਆਂਦੇ ਨੇ ਅਮਰੀਕਾ ਤੋਂ ਇੰਗਲੈਂਡ ਤੋਂ ਯੂਰਪ ਤੋਂ ਜਿਹੜੇ ਹਾਲਾਤ ਵੰਦੇ ਨੇ ਚਪਲ ਟਿਕੜ ਲੈ ਕੇ ਵਾਪਸ ਆ ਜਾਂਦੇ ਫਿਰ ਵੀ ਉੱਥੇ ਜਾ ਕੇ ਮਿਹਨਤ ਕਰਕੇ ਪੈਸਾ ਪਾਕਿਸਤਾਨੀ ਭੇਜਦੇ ਨੇ ਤਾਂ ਕਿ ਤੁਸੀਂ ਮੇਰੇ ਵੀਰ ਮੇਰੀਆਂ ਭੈਣਾਂ ਮੇਰੇ ਬੱਚੇ ਇਸ ਹਮ ਲੋਕ ਚ ਖੁਸ਼ ਰਹਿ ਸਕੋ ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਇੰਡੀਆ ਚ ਗੁਰਬਤ ਕਿੰਨੋ ਕਹਿੰਦੇ ਨੇ ਜਿਹੜਾ ਤੁਹਾਡਾ ਗਰੀਬ ਹੈ ਨਾ ਉਹਨਾਂ ਦਾ ਜਿਹੜਾ ਲੋਅਰ ਮਿਡਲ ਕਲਾਸ ਦਾ ਬੰਦਾ ਨਾ ਸਾਡਾ ਗਰੀਬ ਉਹਦੇ ਬਰਾਬਰ ਹੈ ਜਿਹੜਾ ਉਹਦਾ ਗਰੀਬ ਹੈ ਅਸਤਗਫਰुल्लाह ਅੱਲਾਹ ਪਾਕ ਮਾਫ ਕਰੇ ਕਦੀ ਬੈ ਕੇ ਵੇਖਿਆ ਕਰੋ ਕਉਤੇ ਗੁਰਬਤ ਕਿੰਨੀ ਹੈ ਇੰਡੀਆ 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 ਜਾਨ ਦੋ ਉਹਨਾਂ ਕੰਜਰਾਂ ਨੂੰ ਆਂਦੀ ਟੀਵੀ ਤੇ ਵੇਖ ਕੇ ਡਰਾਮੇ ਤੇ ਫਿਲਮਾਂ ਵੇਖ ਕੇ ਤੇ ਕੰਜਰਾਂ ਵਾਲੇ ਕੰਮ ਨਹੀਂ ਕਰੀਦੇ ਕੰਜਰ ਨੂੰ ਕੰਜਰੀ ਰਹਿਣ ਦਈਦਾ ਫਿਲਮਾਂ ਦੇ ਵਿੱਚ ਉਹ ਜੋ ਕਰ ਸਕਦੇ ਨੇ ਨਾ ਉਸ ਜ਼ਮੀਨ ਤੇ ਨਹੀਂ ਕਰ ਸਕਦਾਗੇ ਤੇ ਇਸ ਵਾਸਤੇ ਇਸ ਰੱਬ ਦੇ ਤੋਹਫੇ ਨੂੰ ਚੁਟਲਾਉਨਾ ਬਾਰ ਬਾਰ ਤੁਹਾਨੂੰ ਇਸ ਮੇਰੇ ਅਗਰ ਦੋ ਭਰਾਵਾਂ ਨੂੰ ਦੋ ਭੈਣਾਂ ਨੂੰ ਦੋ ਬੱਚਿਆਂ ਨੂੰ ਮੇਰੀ ਮੈਸੇਜ ਸਮਝ ਆ ਗਿਆ ਮੇਰਾ ਮੈਸੇਜ ਦਿੱਤਾ ਹੈ ਕੰਮ ਆ ਜਾਏਗਾ ਪਾਕਿਸਤਾਨੀ ਫੌਜ ਦੇ ਜਿਹੜੇ ਵੀ ਮੁਖਾਲਫ ਜੇ ਉਹਨਾਂ ਦਾ ਸਾਥ ਨਾ ਦਿਓ ਪਾਕਿਸਤਾਨ ਦਾ ਸਾਥ ਦਿਓ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨੀ ਫੌਜ ਫੈਨਦਾਬਾਦ ਜ਼ਿੰਦਾਬਾਦ ਪਾਕਿਸਤਾਨੀ ਫੌਜ ਜ਼ਿੰਦਾਬਾਦ